अपनी मर्जी तू एडा कदों गए जदों अपनी मर्जी डह पिया कर अंकल जी एक बार ही होना अपनी मर्जी ना करा बंद पुत डैडी बड़ा बंद अणखी जिथे जबान दे पछा नहीं पाता अंकल जी अणखा उणखा इदा ही चल चुल जा जिहड़ा किसे दे गल नहीं हारदा तो अपने न्याणे गल जरूर हारदा एडा इहदा प्यो समझदार बंदा सी बंदिआं दी बहन खणाउण वाला सी पर न्याणे नहीं किसे दी मंनदे सिर सवाह पा के फिरदी प्यो दे ते पुत्त इक गल दसी है मैनू हां जी अंकल जी मंगिआ किहड़े पिंड वा अंकल जी ओह थोड़े रिवील करना क्यों डैडी कहिंदा नहीं दसणा किहनू नाले दसी भी जाना अपनी मर्जी ने करना वा ते नाले ना डैडी इहदा दसणा नहीं नहीं डैडी कहना दसना नहीं कहनी चल ठीक है कोई नहीं हाले वो गल न्याणे न्याणे ही है ना गल करन दा पता नहीं है जड़ी मूँह गल ही कही जाता ही तो जड़ी दसन वाली गल दस दें चलो मंजा ना डोली पै जाता ढिला ही हो जाता बह बह के ये कसिया ही हो चंगा मेरे वाण ही टुटता रहिंदा मंजा कसता वा ओ डिया कसन के चल मैं बह गई फिर तू तो बड़ी डिगी आउंदे जिस तरह बड़ी थकी आई है थके थके की आना वा हां एहो सोचा सोचन रही अंदर भी फिर मैं चल तेरे नाल गल करदी हां अच्छा फिर अमन हुण मैं गई जिद्दां हुण मुंडा ओदा वीर बाहर ਗਿਆ ਵਾ ਹੁਣ ਗੱਲ ਕਰਨਗੇ ਕੀ ਜਵਾਬ ਦਿੰਦਾ ਕੀ ਕਰਦਾ ਇਹ ਤੇ ਹੁਣ ਦੱਸੂਗਾ ਹੀ ਤਾਂ ਫੋਨ ਤੇ ਕੀ ਕਰਨਾ ਕੀ ਨਹੀਂ ਫੇਰ ਹੀ ਪਤਾ ਲੱਗਣਾ ਗੱਲ ਦਾ ਫੇਰ ਹੀ ਪਤਾ ਲੱਗਣਾ ਹੁਣ ਕੀ ਕਰਨਾ ਕੀ ਇਹਨੇ ਕੀ ਸਲਾਹ ਹੁੰਦੀ ਆ ਇਹ ਅਸੀਂ ਵੀ ਮੁੰਡਾ ਉਹਨਾਂ ਨੇ ਨੌਕਰੀ ਵਾਲਾ ਲੱਭਾ ਸੀ ਵੇਖ ਲਾ ਸਰਕਾਰੀ ਨੌਕਰੀ ਲੱਭੀ ਵੇਖ ਲੋ ਕਿੱਦਾਂ ਪੁੱਛ ਗਿੱਛ ਕੇ ਸਾਰੇ ਥਾਵਾਂ ਤੋਂ ਤੇ ਸਾਰੇ ਆਖਣ ਚੰਗੇ ਆ ਸਰਕਾਰੀ ਨੌਕਰੀ ਲੱਗੀ ਆ ਹੁਣ ਲੋਕਾਂ ਨੇ ਥੋੜੀ ਕਹਿ ਦੇਣਾ ਵੀ ਮਾੜੇ ਜਦੋਂ ਕਿਸੇ ਨੂੰ ਪੁੱਛਾਂਗੇ ਆਪਾਂ ਦਿੰਦਰ ਕਿਸੇ ਦੇ ਮਨ ਦਾ ਕੋਈ ਪਤਾ ਨਹੀਂ ਕੋਈ ਭੇਤ ਨਹੀਂ ਲੱਗਦਾ ਵੀ ਕਿੱਦਾਂ ਦਾ ਕੋਈ ਅੰਦਰੋਂ ਵਾ ਬਾਹਰੋਂ ਦੁਨੀਆ ਹੋਰ ਵਾ ਅੰਦਰੋਂ ਕੋਈ ਹੋਰ ਵਾ ਇਹਦਾ ਕੋਈ ਪਤਾ ਨਹੀਂ ਲੱਗਦਾ ਤੇ ਵੇਖ ਲੋ ਸੋਹਣੀ ਕਿੰਨੀ ਪੜ੍ਹੀ ਲਿਖੀ ਕੁੜੀ ਕੰਮ ਧੰਦੇ ਵਾਲੀ ਕੁੜੀ ਕਿਸੇ ਗੱਲੋਂ ਕਿਸੇ ਪਾਸਿਓਂ ਕੁੜੀ ਹੀਣੀ ਨਹੀਂ ਹੈਗੀ ਪੂਰੀ ਸਮਝਦਾਰ ਸਮਝਦਾਰ ਤੇ ਬਾਕੀ ਉਹਨਾਂ ਨੇ ਇਹ ਵੀ ਆਖਿਆ ਸੀ ਵੀ ਸਾਡੀ ਕੁੜੀ ਜਿਹੜੀ ਅਸੀਂ ਬਹੁਤ ਛਿੰਦੀ ਰੱਖੀ ਆ ਦਿੰਦਰ ਮਾਪੇ ਆਪਣੇ ਧੀਆਂ ਪੁੱਤਾਂ ਨੂੰ ਛਿੰਦੇ ਰੱਖਦੇ ਹੀ ਆਗੇ ਰੱਖਦੇ ਆ ਪਰ ਉਹਨਾਂ ਨੇ ਜ਼ਿਆਦਾ ਹੀ ਰੱਖੀ ਸੀ ਕਿਸੇ ਤਰ੍ਹਾਂ ਵੀ ਚੱਲ ਸ਼ਾਹ ਸਾਡੀ ਨਾਜ਼ੁਕ ਜੀ ਹੈਗੀ ਆ ਤੇ ਆਪਾਂ ਬੜਾ ਵਧੀਆ ਲੱਭਣਾ ਕਰ ਪਰ ਇਹ ਵੀ ਘਰ ਪੂਰਾ ਸੰਭਾਲਦੀ ਸੀ ਉਹ ਸੰਭਾਲਦੀ ਸੀ ਤੇ ਵੇਖ ਲਾ ਉਹ ਗੱਲ ਵੀ ਇਹ ਵਾ ਜ਼ਿੰਦਗੀ ਦੇ ਰੰਗ ਕਈ ਮੋੜ ਆਉਂਦੇ ਬੰਦੇ ਦੇ ਉੱਤੇ ਜਦੋਂ ਬੰਦਾ ਜੰਮ ਪੈਂਦਾ ਕਿੱਦਾਂ ਦੇ ਰੰਗ ਆਉਂਦੇ ਆ ਤੇ ਕਿੰਨੇ ਦੁੱਖ ਆਉਂਦੇ ਤਕਲੀਫਾਂ ਆਉਂਦੀਆਂ ਹਾਸੇ ਆਉਂਦੇ ਬਿਮਾਰੀਆਂ ਆਉਂਦੀਆਂ ਕਈ ਕੁਛ ਆਉਂਦਾ ਵੇਖ ਲਾ ਬੰਦਾ ਕਿੰਨਾ ਝਾਲ ਝਲਦਾ ਪਰ ਓਦਾਂ ਉਹ ਫਿੱਟੇ ਕਰਦੇ ਆ ਇਹਨਾਂ ਨੇ ਕਿਹੜਾ ਕੋਈ ਫਰਕ ਛੱਡਿਆ ਹੈਗਾ ਦੰਦਰ ਇਹੋ ਤੇ ਜ਼ਿੰਦਗੀ ਦੇ ਰੰਗ ਵਾ ਹਰ ਇੱਕ ਗੱਲ ਚ ਕੁੜੀ ਨੂੰ ਫਿੱਟੇ ਤੋਏ ਹਰ ਇੱਕ ਗੱਲ ਚ ਕੁੜੀ ਨੂੰ ਝਿੜਕ ਝੰਬ ਹਰ ਇੱਕ ਗੱਲ ਚ ਕੁੜੀ ਨੂੰ ਛਿੱਤਰ ਪਰੇਟ ਕਿੰਨਾ ਕੁ ਚਿਰ ਕੁੜੀ ਨੇ ਜ਼ੁਲਮ ਸਹਿਣਾ ਹੈਗਾ ਮੈਂ ਨਾ ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ ਵੀ ਜਿਹੜੇ ਜਨਾਨੀ ਨੂੰ ਕੁੱਟਣਾ ਚਪੇੜ ਮਾਰਨੀ ਕਿਉਂਕਿ ਇਹ ਵੀ ਅਕਸਰ ਕਿਸੇ ਦੀਆਂ ਧੀਆਂ ਵਾ ਤੇ ਜੇ ਕੋਈ ਗਲਤੀ ਕਰਦੀ ਉਹਦੀ ਗਲਤੀ ਆਖੋ ਵੀ ਪੁੱਤ ਨਹੀਂ ਏਦਾਂ ਨਹੀਂ ਏਦਾਂ ਕਰ ਲਾ ਇਹ ਥੋੜਾ ਵੀ ਕਿਤੇ ਜਨਾਨੀ ਦੇ ਹੱਥ ਹੀ ਚੁੱਕੀ ਜਾਣਾ ਵਾ ਬੜੇ ਮਾੜੇ ਬੰਦੇ ਆ ਮੈਂ ਨਾ ਲੋਕ ਨਾ ਬੜੇ ਪੱਥਰ ਮਨ ਵਾ ਲੋਕਾਂ ਦੇ ਪੱਥਰ ਮਨ ਤੇ ਹੈਗੇ ਆ ਹੁਣ ਆਪਣੀ ਕੁੜੀ ਜਿਹੜੀ ਇਹ ਵੋਟੀਆਂ ਨਾਲ ਲੜੀ ਜਾਂਦੀ ਹੈ ਮਨਪ੍ਰੀਤ ਹੋਣਾ ਨਾਲ ਹੀ ਇਹੋ ਮੈਂ ਆਨਾ ਵੀ ਚਲੋ ਉਹਦਾ ਜੋ ਹੋਣਾ ਉਹ ਹੋਊਗਾ ਵੇਖੀ ਜਾਊਗੀ ਜਿੱਦਾਂ ਵੀ ਹੋਣਾ ਉਹ ਨਹੀਂ ਸਮਝਦਾਰ ਵਾ ਉਹਦੀ ਤਾਂ ਨਹੀਂ ਕਿਤੇ ਬੁਗਤ ਹੋਣ ਡਈ ਤੇ ਸਾਡੀ ਤੇ ਹੈ ਹੀ ਸ਼ਦੈਣ ਹੀ ਇਹਦਾ ਹੁਣ ਕਿੱਦਾਂ ਹੋਣੀ ਹੈ ਉਹ ਤਾਂ ਮੈਂ ਆਨਾ ਵੀ ਦਵਾਈ ਖਾਂਦਿਆਂ ਵੀ ਇਹ ਟਿਕਣ ਨਹੀਂ ਡਈ ਟਿਕਣ ਨਹੀਂ ਡਈ ਇਹ ਪਤਾ ਨਹੀਂ ਲੱਗਣ ਦਿੰਦੀ ਮਿੰਟ ਚੋਂ ਨਹੀਂ ਜਾ ਕੇ ਉਹਨਾਂ ਨਾਲ ਲੜਾਈ ਪਾ ਕੇ ਬਹਿ ਜਾਂਦੀ ਮੈਨੂੰ ਉਹ ਬਣਾ ਕੇ ਦਿਓ ਮੈਨੂੰ ਉਹ ਚੀਜ਼ ਦਿਓ ਜੇ ਦਿੰਦੀਆਂ ਬਣਾ ਕੇ ਤੇ ਮੈਂ ਜਿਆਦੀ ਲੈਣੀ ਨਿਆਣੇ ਵਾਂਗੂ ਇਦਾਂ ਕਰਦੀ ਆ ਸੁੰਦਰ ਮੈਂ ਨਾ ਸ਼ੁਕਰ ਕਰ ਸਾਡੀਆਂ ਨੌਵਾਂ ਚੰਗੀਆਂ ਚੰਗੀਆਂ ਵਾ
ਵੀ ਉਹ ਕੋਈ ਗੱਲ ਨਹੀਂ ਕਰਦੀ ਜਿੱਦਾਂ ਉਹ ਕਹਿ ਦਿੰਦੀ ਉਦਾਂ ਹੀ ਕਰ ਲੈਂਦੀਆਂ ਉਦਾਂ ਹੀ ਮੰਨ ਜਾਂਦੀ ਫਿਰ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਰਮਨ ਇੰਨੀ ਦੁਖੀ ਆਈ ਆ ਇੰਨੀ ਪਰੇਸ਼ਾਨੀ ਚ ਆਈ ਆ ਮੈਂ ਚੰਗੀ ਗੱਲ ਕਰਾਂ ਕੋਈ ਇਹਨੂੰ ਦਿਮਾਗ ਹੀ ਨਹੀਂ ਕੰਮ ਕਰਦਾ ਇਹ ਪਹਿਲਾਂ ਖੁਸ਼ ਬੜੀ ਹੋਈ ਫਿਰ ਇਹ ਰੋਈ ਜਾਵੇ ਜੇ ਕੁੜੀ ਰੋਵੇ ਤੇ ਵੀ ਉੱਚੀ ਉੱਚੀ ਰੋਣ ਡਿਆ ਵੀ ਕੁੜੀ ਥੋੜਾ ਰੋਵੇ ਤੇ ਜ਼ਿਆਦਾ ਰੋਵੇ ਸ਼ਦੈਣ ਹੈਂ ਫਿਰ ਕਹਿੰਦੀ ਆ ਮੈਂ ਮੈਨੂੰ ਉੱਥੇ ਕੁੱਟਣ ਹਾਂ ਮੈਨੂੰ ਉੱਥੇ ਨੀਲ ਪਾਉਣ ਹਾਂ ਭਲਾ ਇਹ ਗੱਲਾਂ ਹੀ ਕਰਦੀ ਆ ਜਿੱਦਣ ਨੀਲ ਪਾਉਂਦੇ ਆ ਨਾ ਪਤਾ ਫੇਰ ਲੱਗਦਾ ਵਾ ਦੁਿੰਦਰ ਜੇ ਉਹਨਾਂ ਨੇ ਪਾ ਦਿੰਦੇ ਨਾ ਜੇ ਉਹ ਕੁੱਟਦੇ ਤੇ ਇਹਨੇ ਟਿਕਣਾ ਨੀ ਇਹਨੇ ਰੌਲਾ ਬਹੁਤ ਜ਼ਿਆਦਾ ਪਾਉਣਾ ਹੈ ਜਿਹਨੂੰ ਪਾਏ ਵਿਚਾਰੀ ਨੂੰ ਉਹਦਾ ਪਤਾ ਲੱਗਦਾ ਇਹਨੂੰ ਤਾਂ ਚਾਹ ਵਾ ਜਿਸ ਤਰ੍ਹਾਂ ਪਾਉਣ ਦਾ ਇਹਨੂੰ ਚਾਹ ਵਾ ਪਰ ਇੱਕ ਗੱਲ ਹੈਗੀ ਇਹਦੀ ਵੀ ਵੱਸ ਦੀ ਗੱਲ ਨੀ ਇਹਦਾ ਦਿਮਾਗ ਨੀ ਕੰਮ ਕਰਦਾ ਦਿਮਾਗ ਨੀ ਕੰਮ ਕਰਦਾ ਤੇ ਪਰ ਅਸੀਂ ਔਖੇ ਬਹੁਤ ਹੋ ਜਾਣਾ ਤੇ ਜਾਂ ਇਦਾਂ ਕਰੀਏ ਜਿੱਦਾਂ ਉਦੋਂ ਬੱਤੀ ਬੁੱਤੀ ਲਵਾਈ ਜਾਂ ਇਦਾਂ ਉਹ ਲਵਾਈਏ ਇਹਨੂੰ ਫੇਰ ਨਹੀਂ ਹੁਣ ਡਾਕਟਰ ਨੇ ਦੇਖਿਆ ਬੱਤੀਆਂ ਵਾਲੀ ਗੱਲ ਹੀ ਨੀ ਕੋਈ ਇਹਨੂੰ ਦਵਾਈ ਨੇ ਠੀਕ ਹੋ ਜਾਣਾ ਵਾ ਹੁਣ ਨੀ ਬੱਤੀਆਂ ਵਾਲੀ ਗੱਲ ਕੋਈ ਉਧਰੋਂ ਆਇਆ ਕੋਈ ਫੋਨ ਫਾਨ ਕਿ ਨਹੀਂ ਉੱਥੇ ਨਾ ਇਹਦੇ ਸਹੁਰਿਆਂ ਕੋਈ ਨਹੀਂ ਆਇਆ ਉਧਰੋਂ ਉਹ ਵਿਚਾਰੇ ਮਾਂ ਪੁੱਤ ਘਰੇ ਕੀ ਕਰਦੇ ਹੋਣਗੇ ਉਹਨਾਂ ਨੇ ਵੇਖ ਲਾ ਬਾਸਰੇ ਨਹੀਂ ਉਹ ਕਿਹਦੇ ਨਾਂ ਨਹੀਂ ਲਿਆ ਉਹਨਾਂ ਨੇ ਕੋਈ ਗਲਤ ਨਹੀਂ ਨਾ ਕੀਤੀ ਉਹਨਾਂ ਵਿਚਾਰਿਆਂ ਨੇ ਕੋਈ ਗੱਲ ਨਹੀਂ ਕੀਤੀ ਹੁਣ ਇਹ ਸਾਨੂੰ ਗੱਲ ਕਰਨੀ ਪੈਣੀ ਆ ਜਿਨ੍ਹਾਂ ਦੇ ਵਿਹੜੇ ਆਣ ਕੇ ਬੈਠੀ ਆ ਨਹੀਂ ਅਸੀਂ ਹੁਣ ਉਹਨਾਂ ਨੂੰ ਕੀ ਆਖਣਾ ਤੇ ਚਲੋ ਇਹ ਵੇ ਲੈਨੇ ਹੀ ਆ ਕੋਈ ਪਤਾ ਕਰਦੇ ਹੀ ਆ ਕਿਸ ਗੱਲ ਦਾ ਆਹੋ ਚਲੋ ਕਰਾਂਗੇ ਕੀ ਉਹਨਾਂ ਦੇ ਘਰ ਚ ਗੱਲ ਚੱਲਣ ਡਈ ਆ ਇਹਦੇ ਬਾਰੇ ਕੀ ਨਹੀਂ ਚੱਲਦੀ ਇਹ ਥੋੜਾ ਹੁਣ ਸ਼ਦੈਣ ਨੂੰ ਇੱਥੇ ਰਹਿ ਛੱਡਣਾ ਕੱਲ ਨੂੰ ਸਾਡੇ ਨਿੱਕੇ ਨਿਆਣੇ ਵੱਡੇ ਹੋਣੇ ਆ ਇਹਨਾਂ ਵੋਟੀਆਂ ਨਾਲ ਲੜੂਗੀ ਅਸੀਂ ਕਿੰਨਾ ਕੁ ਚਿਰ ਬਹਿ ਰਹਿਣਾ ਹੁਣ ਮੰਨ ਲਾ ਜੇ ਦਵਾਈ ਖਾਂਦਿਆਂ ਖਾਂਦੇ ਵੀ ਠੀਕ ਨਾ ਹੋਵੇ ਤੇ ਫਿਰ ਕੀ ਕਰਾਂਗੇ ਫਿਰ ਹੁਣ ਕੀ ਪਤਾ ਮੈਨੂੰ ਮੈਨੂੰ ਤਾਂ ਕੋਈ ਗੱਲ ਨਹੀਂ ਆਉਂਦੀ ਮੈਂ ਤਾਂ ਰਮਨ ਵੱਲੋਂ ਇੰਨੀ ਪਰੇਸ਼ਾਨ ਹੋਈ ਤੇ ਰਹਿੰਦੀ ਖੁੰਦੀ ਆਪਣੀ ਕੁੜੀ ਵੱਲੋਂ ਹੋ ਗਈ ਹਾਂ ਤੇ ਮੈਂ ਨਹੀਂ ਵੀ ਜੇ ਕਿਤੇ ਇਹਨੂੰ ਕੁੱਟ ਕੇ ਘਲਾਉਂਦੇ ਤੇ ਫਿਰ ਇਹ ਪਤਾ ਨਾ ਕੀ ਕਰਦੀ ਇਹ ਤੈਨੂੰ ਉਹਨਾਂ ਨੇ ਆਖਿਆ ਹੀ ਕੁਛ ਨਹੀਂ ਕਰ ਤਾਂ ਇੰਨਾ ਕੁਛ ਦਈ ਇਹ ਕਰਨ ਕੀ ਕਰਨ ਡਈ ਮਨਪ੍ਰੀਤ ਤੂੰ ਅੱਛਾ ਕੰਮ ਕਰਨ ਡਈ ਆ ਕੰਮ ਤੇ ਘਰਾਂ ਦੇ ਮੁੱਕਦੇ ਹੀ ਨਹੀਂ ਪੁੱਤ ਤੇ ਚੱਲ ਆ ਜਾ ਐਤਵਾਰ ਹੈਂ ਕਿਉਂ ਛੁੱਟੀਆਂ ਕਿਉਂ ਨਹੀਂ ਆ ਆਹ ਸ਼ਨਿਚਰ ਐਤਵਾਰ ਆਉਣ ਡਿਆ ਦੋ ਦਿਨ ਆ ਜਾ ਕੁੜੀ ਨੂੰ ਲੈ ਕੇ ਮਲਾ ਮਲੂ ਜਾ ਘਰਾਂ ਦੇ ਪੁੱਤ ਕੰਮ ਇਸ ਤਰ੍ਹਾਂ ਹੀ ਆ ਇਹ ਨਹੀਂ ਮੁੱਕਦੇ ਮਿਲ ਗਿਲ ਜਾ ਆ ਕੇ ਬੜਾ ਜੀ ਕਰਨ ਡਿਆ ਮਿਲ ਨੂੰ ਅਬਲਜੀਤ ਵੀ ਆਖਣ ਡਈ ਸੀ ਕਿ ਆਵੇ ਮਨਪ੍ਰੀਤ ਹਾਂਜੀ ਹਾਂਜੀ ਮੰਮਾ ਜੀ ਹਾਂ ਕੋਈ ਗੱਲ ਨਹੀਂ ਹਾਂ ਨਹੀਂ ਮੈਂ ਮੰਮੇ ਨੇ ਆਪੇ ਗੱਲ ਕਰਕੇ ਫਿਰ ਮੈਂ ਦੱਸ ਦੇਣਾ ਵਾ ਤੁਹਾਨੂੰ ਹਾਂਜੀ ਹਾਂ ਸ਼ਨੀ ਐਤਵਾਰ ਦੀ ਬਸ ਠੀਕ ਆ ਚਲੋ ਠੀਕ ਆ ਚੰਗਾ ਸਮਰੀਤ ਨਾਨੀ ਅੰਮਾ ਕਹਿੰਦੇ ਆ ਜਾਓ ਅਸੀਂ ਤੇ ਕਿੱਦਣ ਦੇ ਡਿੱਕੀ ਜਾਣ ਡੇ ਤੁਹਾਡੇ ਕੋਲ ਟਾਈਮ ਹੀ ਨਹੀਂ ਲੱਗਣ ਡਿਆ ਜਾਣ ਦਾ ਅਸੀਂ ਫਿਰ ਦਾਦੀ ਨੂੰ ਪੁੱਛ ਕੇ ਚਲ ਜਾਣੇ ਮੈਂ ਨਾਲੇ ਮੇਰਾ ਵੀ ਬਹੁਤ ਮਨ ਕਰਦੇ ਨਾਨੀ ਕੋਲ ਜਾਣ ਦਾ ਉਹੀ ਤੇ ਕਹਿਣ ਡੇ ਆ ਮੰਮੀ ਜੇ ਨਹੀਂ ਛੁੱਟੀ ਮਿਲਣੀ ਤੁਹਾਨੂੰ ਤੇ ਤੂੰ ਆਪਣੀ ਸੱਸ ਨਾਲ ਗੱਲ ਕਰਾ ਦੇ ਮੈਂ ਨਹੀਂ ਉਹਨਾਂ ਨੇ ਕੀ ਕਹਿਣਾ ਵਾ ਬਸ ਅਸੀਂ ਤੇ ਆਪਣੇ ਹੀ ਕੰਮਾਂ 'ਚ ਬਿਜ਼ੀ ਹੈਗੇ ਤੇ ਕੋਈ ਨਹੀਂ ਵੇਖੀ ਮੈਂ ਤਾਂ ਨਵਾਂ ਸੂਟ ਵੀ ਸਵਾ ਲਿਆ ਵਾ ਜਾਣ ਨੂੰ ਤੇਰੀ ਵੀ ਨਵੀਂ ਫਰਾਕ ਤੇਰੀ ਨਵੀਂ ਫਰਾਕ ਲਈ ਆ ਅੱਛਾ ਜਿਹੜੀ ਮੈਨੇ ਜਾ ਕੇ ਵਾਈਡ ਲਈਗੀ ਹਾਂ ਤੇ ਉਹਨਾਂ ਨੇ ਪਤਾ ਕੀ ਕਹਿਣਾ ਆਏ ਹਾਏ ਕਿਤੇ ਕੁੜੀ ਕਿੰਨੀ ਸੋਹਣੀ ਆ ਇਹਦੀ ਕਿੰਨੀ ਪਰੀ ਆ ਗਈ ਹਾਂ ਸੋਹਣੀ ਪਰੀ ਆ ਬੜਾ ਖੁਸ਼ ਹੋਣਾ ਹੀ ਉਹ ਵੇਖੀ ਸੀ ਬੜਾ ਮਜ਼ਾ ਆਉਣਾ ਵਾ ਕੇ ਤੇ ਤੂੰ ਨਾ ਆਪਣੀ ਭੂਆ ਨਾਲ ਨਾ ਐਵੇਂ ਲੜਿਆ ਨਾ ਕਰ ਚੰਗਾ ਠੀਕ ਆ ਫਿਰ ਸਾਰੇ ਮੈਨੂੰ ਕਹਿੰਦੇ ਤੈਨੂੰ ਮੈਨਰਸ ਨਹੀਂ ਹੈਗੇ ਸੁੱਖ ਹਾਂ ਭਾਬੀ ਜੀ ਤੂੰ ਮੇਰਾ ਸੁੱਟ ਪਾ ਲਿਆ ਵਾ ਸੋਹਣਾ ਲੱਗਣਾ ਭਾਬੀ ਜੀ ਮੈਂ ਵੇਖਿਆ ਭਲਾ ਸਮਰੀ ਸੋਹਣਾ ਲੱਗਣ ਡਿਆ ਮੈਂ ਸਮਰੀ ਵੇਖ ਲੈ ਯਾਰ ਮੈਂ ਅੱਜ ਸਮਾਇਆ ਮੈਂ ਕਿਹਾ ਮੈਂ ਪੇਕੇ ਪਾ ਕੇ ਜਾਊਂਗੀ ਤੇ ਤੂੰ ਪਾ ਕੇ ਵੀ ਬਹਿ ਗਈ ਆ ਜਾ ਲਾ ਦੇ ਜਾ ਕੇ ਹੁਣ ਸੋਹਣਾ ਲੱਗਣ ਡਿਆ ਨਾ ਭਾਬੀ ਮੈਂ ਨਹੀਂ ਲਾਉਣਾ ਤੁਸੀਂ ਪਾ ਲਿਆ ਤੇ ਮੈਂ ਪਾ ਲਿਆ ਕੀ ਗੱਲ ਵਾ ਗੱਲ ਤੇ ਇੱਕ ਵਾ ਮੈਂ ਨਵਾਂ ਸਵਾ ਕੇ ਬੈਠੀ ਵੀ ਚੱਲ ਮੈਂ ਇੰਨੇ ਚਿਰ ਵੱਧ ਜਾਣਾ ਵਾ ਤੇ ਮੈਂ ਨਵਾਂ ਸੂਟ ਪਾ ਕੇ ਜਾਊਂਗੀ ਤੇ ਤਾਂ ਹੀ ਤੇ ਮੈਂ ਪਾਇਆ ਵਾ ਵੀ ਤੁਸੀਂ ਨਾ ਜਾ ਸਕੋਗੇ ਜਦੋਂ ਤੁਹਾਡਾ ਸੂਟ ਹੀ ਮੈਂ ਪਾ ਲਿਆ ਤੇ ਫਿਰ ਤੁਸੀਂ ਪੇਕੇ ਕਿੱਦਾਂ ਜਾਣਾ ਆਪਣੇ ਤੂੰ ਆ ਕੇ ਪੇਕੇ ਬੈਠੀ ਰਹਿ ਮੈਨੂੰ ਨਾ ਜਾਣ ਦੇਈ ਹਾਏ ਤੇ ਜੇ ਭਾਬੀ ਤੁਸੀਂ ਚਲ ਗਏ ਤੇ ਮੇਰੀਆਂ ਗੱਲਾਂ ਕਿੰਨੇ ਸੁਣਨੀਆਂ ਵਾ ਮੇਰੇ ਤਾਂ ਕੋਈ ਸੁਣਦਾ ਵੀ ਨਹੀਂ ਇਹ ਗੱਲਾਂ ਤੁਹਾਡੇ ਤੋਂ ਬਿਨਾ ਹਾਏ ਤੇਰੀ ਭਾਬੀ ਨਹੀਂ ਹੈਗੀ ਸੁਮਨ ਭਾਬੀ ਵੱਡੀ ਭਾਬੀ ਨੂੰ ਸੁਣਾਈ ਉਹਨੂੰ ਮੰਮੀ ਨੂੰ ਸੁਣਾਈ ਡੈਡੀ ਨੂੰ ਸੁਣਾਈ ਕਿੰਨੇ ਜਾਣੇ ਆ ਸੁਣਵੀਰ ਨੂੰ ਸੁਣਾ ਗੱਲਾਂ ਉਹ ਸਾਰੇ ਦਬਕੇ ਮਾਰਦੇ ਤੁਹਾਡੇ ਤੋਂ ਬਿਨਾ ਕੋਈ ਨਹੀਂ ਸੁਣਦਾ ਤੁਸੀਂ ਵਾਵਾ ਮੇਰੀ ਪਿਆਰ ਨਾਲ ਗੱਲ ਸੁਣ ਲੈਂਦੇ ਨਾ ਤੇ ਬਾਕੀ ਕੋਈ ਪਿਆਰ ਨਾਲ ਗੱਲ ਨਹੀਂ ਸੁਣਦਾ ਸੁਮਨ ਭਾਬੀ ਵੀ ਮੈਨੂੰ ਗੁੱਸੇ ਹੁੰਦੀ ਰਹਿੰਦੀ ਆ ਕਿੱਥੋਂ ਗੁੱਸੇ ਹੁੰਦੀ ਆ ਸੁੱਖ ਝੂਠ ਹੀ ਇੱਕ ਤੂੰ ਮੇਰਾ ਸੂਟ ਪਾ ਕੇ ਬਹਿ ਗਈ ਅੜੀਏ ਮੈਂ ਤੇ ਉੱਥੇ ਰੱਖਿਆ ਹੀ ਗੱਲ ਮੀਰਾ 'ਚ ਵੀ ਮੈਂ ਹਜੇ ਕੱਢ ਕੇ ਮੈਂ ਤੇ ਪਾ ਕੇ ਟਰਾਈ ਵੀ ਨਹੀਂ ਕੀਤਾ ਵੀ ਮੈਨੂੰ ਆਉਂਦਾ ਕਿ ਨਹੀਂ ਆਉਂਦਾ ਤੇ ਮੈਨੂੰ ਆ ਗਿਆ ਸਮਝ ਲਓ ਤੁਹਾਨੂੰ ਵੀ ਆ ਗਿਆ ਵਾ ਹੁਣ ਹੁਣ ਨਾ ਤੁਸੀਂ ਪੇਕੇ ਜਾਇਓ ਚੰਗਾ ਮੈਂ ਤੇ ਜਾਣਾ ਹੁਣ ਤੁਸੀਂ ਕੀ ਪਾਉਣਾ ਮੈਂ ਤੁਹਾਡਾ ਸੂਟ ਪਾ ਲਿਆ ਵਾ ਮੈਂ ਪੁਰਾਣੇ ਨਾ ਪਾ ਕੇ ਜਾਊਂਗੀ ਹੁਣ ਮੈਂ ਪਾਉਣਾ ਵੀ ਹੈ ਨਹੀਂ ਆਵਲਾ
ਕਿਹੜਾ ਪਾਉਣਾ ਵਾ ਮੈਂ ਉਹ ਪਾ ਲੈਂਦੀ ਜਿਹੜਾ ਤੁਸੀਂ ਹੋਰ ਪਾਉਣਾ ਵਾ। ਅੱਛਾ ਮੈਂ ਕੋ ਦੱਸਾਂ, ਮੈਂ ਤੁਹਾਨੂੰ ਨਹੀਂ ਜਾਣ ਦੇਣਾ ਜਿਹੜੀ ਸਿੱਧੀ ਗੱਲ ਵਾ। ਮੈਂ ਜਾਣਾ ਹੀ ਆ ਸਿੱਧੀ ਜੀ ਗੱਲ ਵਾ। ਹਾਏ ਜੇ ਭਾਬੀ ਤੁਸੀਂ ਗਏ ਮੈਂ ਮਰ ਜਾਣਾ ਜੇ ਫਿਰ। ਸਮਰੀਤ ਕਹਿ ਦੇ ਆਪਣੀ ਮੰਮੀ ਨੂੰ ਤੇਰੇ ਜੁੰਮੇ ਪੈ ਜਾਣਾ। ਮੈਂ ਕਹਿ ਚੱਲ ਪਹਿਲਾਂ ਤੂੰ ਮਾਰ ਹੀ ਲੈ, ਮੈਂ ਭਾਈ ਭੋਗ ਪਾ ਕੇ ਚੱਲ ਜਾਾਂਗੇ ਤੇਰੇ। ਮੈਂ ਲਿਖ ਕੇ ਵੀ ਜਾਣਾ ਜੇ, ਖਤ ਲਿਖ ਕੇ ਜਾਣਾ ਜੇ ਤੁਹਾਡੇ ਨਾਮ ਤੇ। ਲਿਖਣਾ ਆਊਗਾ? ਮੈਂ ਲਿਖ ਜਾਣਾ ਖਤ ਤੁਹਾਡੇ ਨਾਮ ਤੇ ਵੀ। ਮੈਂ ਮਨਪ੍ਰੀਤ ਦੀ ਸਪੈਲਿੰਗ ਸੁਣਾ। ਮੈਂ ਲਿਖ ਕੇ ਜਾਣਾ ਵਾ ਵੀ ਮੇਰੇ ਜਿਹੜੀ ਹੱਤਿਆ ਉਹਦੀ ਜ਼ਿੰਮੇਵਾਰੀ ਮੇਰੀ ਭਾਬੀ ਹੋਊਗੀ। ਓਏ ਰੱਬਾ, ਮੇਰੇ ਹੀ ਮਗਰ ਪਈ ਰਹਿੰਦੀ। ਮੈਂ ਸੋਨੂੰ ਵੀਰਾਂ ਨੂੰ ਜਾ ਕੇ ਕਹਿੰਦੀ ਆ ਵੀ ਇਹਨੂੰ ਆਪਣਾ ਵੀ ਸਿਰ ਖਵਾ ਲਿਆ ਕਰੋ, ਥੋੜਾ ਜਿਹਾ ਮੇਰਾ ਹੀ ਖਾਣਾ ਵਾ। ਮੈਂ ਕਿਤੇ ਨਹੀਂ ਜਾਣਾ, ਬਸ ਮੈਂ ਤੁਹਾਨੂੰ ਕਹਿਤਾ ਜੀ ਤੁਸੀਂ ਵੀ ਨਹੀਂ ਜਾਣਾ ਕਿਤੇ। ਜੇ ਤੁਸੀਂ ਚਲ ਗਏ ਨਾ ਭਾਬੀ ਫਿਰ ਵੇਖ ਲਿਓ ਤੁਸੀਂ। ਮੈਂ ਤੇ ਜਾਣਾ ਸੁੱਖ ਫਿਰ ਵੇਖ ਲਿਓ ਆਣ ਕੇ ਤੁਸੀਂ ਬਾਅਦ ਚ ਜੇਲ੍ਹ ਚ ਜਾਣਾ ਜੇ ਫਿਰ ਮੈਂ ਤੁਹਾਨੂੰ ਇਹ ਵੀ ਦੱਸਤਾ ਜੀ। ਤੂੰ ਇੱਥੇ ਕਿੰਨਾ ਚਿਰ ਰਹਿਣਾ? ਮੈਂ ਹਜੇ ਇੱਥੇ ਹੀ ਹੈਗੇ। ਤੂੰ ਉਹਨਾਂ ਚਿਰ ਮੈਂ ਜੇਲ੍ਹ ਘੱਟ ਆਊ ਉਹ ਚੰਗਾ ਸਗੋਂ। ਉਦੋਂ ਮੈਂ ਮਰੂੰਗੀ ਤੇ ਫਿਰ ਹੀ ਜੇਲ੍ਹ ਜਾਣਾ ਨਹੀਂ, ਇੱਦਾਂ ਕਿੱਦਾਂ ਜੇਲ੍ਹ ਚਲ ਜਾਓਗੀ? ਮੈਂ ਤੇ ਤੈਨੂੰ ਕਿਹਾ ਖੁੱਲੀ ਛੁੱਟੀ ਦਿੱਤੀ ਆ, ਵੇਖ ਲਾ ਤੇਰੀ ਮਰਜ਼ੀ ਹੋ। ਅੱਛਾ ਮੈਂ ਮਰ ਜਾ ਤਾਂ ਮੇਰੇ ਨਿਆਣਿਆਂ ਦਾ ਕੀ ਬਣੂਗਾ ਮੁੜ ਕੇ? ਕਿਹੜੇ ਤੇਰੇ ਨਿਆਣੇ? ਹਾਏ ਤੁਹਾਨੂੰ ਮੇਰੇ ਨਿਆਣਿਆਂ ਦਾ ਨਹੀਂ ਪਤਾ? ਦੱਸ। ਹਾਏ ਸਮਰੀਤ, ਮੈਨੂੰ ਸ਼ਦੈਨ ਕਰ ਦੇਣਾ ਹੀ ਇੰਨੇ ਅੜੀਏ। ਉਹ ਜਿਹੜੇ ਮੈਂ ਲੈਣ ਜਾਣੀ ਆ ਹਸਪੀਟਲ ਤੋਂ ਭਾਬੀ, ਉਹਨਾਂ ਨਿਆਣਿਆਂ ਵਿਚਾਰਿਆਂ ਦਾ ਮੇਰੇ ਦਾ ਕੀ ਬਣੂਗਾ? ਹਾਏ ਰੱਬਾ, ਕੋਈ ਤੇ ਆ ਜਾਏ, ਕੋਈ ਸੁਣ ਲੈ ਕਿੱਥੇ ਗਏ ਸਾਰੇ। ਭਾਬੀ ਉੱਥੇ ਤੇਰੀ ਦਾਦੀ ਅੰਮਾ ਅੰਦਰ ਜਵਾਜ ਮਾਰ, ਉਹਨੂੰ ਕਹਿ ਜਾ ਜਾ ਕੇ ਤੇ ਸੋਣਾ ਆ ਕੇ ਸੁੱਖ ਦੀ। ਉਦਾਂ ਭਾਬੀ ਮੇਰੀ ਗੱਲ ਸੁਣ, ਤੂੰ ਵੇਲਾ ਕਿੱਡੀ ਜਾਲਮੀ ਆ, ਤੂੰ ਤੇ ਮੇਰੇ ਨਿਆਣੇ ਹੁੰਦਿਆ ਹੀ ਨਾਥ ਕਰਦੇ ਲੱਗੀ, ਮੈਨੂੰ ਮਾਰਦੇ ਲੱਗੀ ਆ। ਹਾਏ ਸੁੱਖ, ਵੀ ਤੂੰ ਮੈਨੂੰ ਹੀ ਟੱਕਰਦੀ ਆ, ਬਸ ਤੈਨੂੰ ਮੈਂ ਹੀ ਟੱਕਰੀ। ਸੁਮਨ ਭਾਬੀ ਨੀ ਨਾ ਮੇਰੀਆਂ ਗੱਲਾਂ ਸੁਣਦੀ, ਉਹ ਨਾ ਹੀ ਮੇਰੇ ਨਾਲ ਬੋਲਦੀ। ਜੇ ਮੈਂ ਬੋਲਦੀ ਰਹਾਂ ਚੁੱਪ ਕਰਕੇ ਸੁਣਦੀ ਰਹਿੰਦੀ, ਉਹ ਗੱਲਾਂ ਦੇ ਹੰਗਾਰੇ ਨੀ ਭਰਦੀ, ਤੇ ਤੁਸੀਂ ਵਾਵਾ ਮੈਨੂੰ ਜਵਾਬ ਦੇ ਦਿੰਦੇ ਜੇ। ਅੱਛਾ ਤੂੰ ਤਾਂ ਨੀ ਸਿਰ ਖਾਂਦੀ ਉਹਦਾ? ਹਾਂ ਉਹ ਤਾਂ ਫਿਰ ਬੋਲਦੀ ਨੀ ਨਾ ਮੇਰੇ ਨਾਲ ਅੱਗੋਂ। ਠੀਕ ਆ। ਹਾਂ ਫਿਰ ਮੈਨੂੰ ਸਮਝ ਨੀ ਆਉਂਦੀ, ਫਿਰ ਮੈਨੂੰ ਲੱਗਦਾ ਵੀ ਮੈਂ ਕੰਧਾਂ ਨਾਲ ਗੱਲਾਂ ਕਰਨੀ, ਮੈਂ ਤਾਂ ਨੀ ਉਹਦੇ ਲਾਗੇ ਜਾਂਦੀ ਭਾਬੀ ਲਾਗੇ। ਅੱਛਾ ਅੱਛਾ ਹਾਂ ਠੀਕ ਆ ਠੀਕ ਆ। ਚੱਲ ਤੂੰ ਪਾ ਲੈ ਨਾ ਸੂਟ, ਜਾ ਵਿਖਾ ਲ ਕੇ ਆ ਕਿਸੇ ਨੂੰ। ਹੁਣ ਮੈਂ ਕਿਹਨੂੰ ਵਿਖਾ ਲੈਣ ਜਾਵਾਂ? ਹੁਣ ਵੇਖ ਲਾ ਬਾਹਰ ਕੋਈ ਨਾ ਕੋਈ ਹੋਣਾ, ਫੜ ਕੇ ਵਿਖਾਇਆ ਜਾ ਨਾਲ, ਦੱਸਦੀ ਮਨਪ੍ਰੀਤ ਭਾਬੀ ਦਾ ਸੂਟ ਪਾਇਆ ਜਾ। ਹਾਏ ਹੁਣ ਮੈਨੂੰ ਫੇਰ ਲੱਭਣਾ ਪੈਣਾ ਕੋਈ ਨਾ ਕੋਈ ਜਿਹਨੂੰ ਮੈਂ ਵਿਖਾ ਲਊਂਗੀ। ਆਹੋ ਫੇਰ ਹੀ ਪਤਾ ਲੱਗਣਾ ਬਾਹਰੋਂ, ਲੱਭ ਲਾ ਕਿਸੇ ਨੂੰ। ਹੁਣ ਫਿਰ ਮੈਂ ਕਿਹਨੂੰ ਲੱਭਾ ਸੂਟ ਵਿਖਾ ਲੈਣ ਵਾਸਤੇ? ਹਾਏ ਹੁਣ ਉਹ ਵੀ ਤੈਨੂੰ ਮੈਂ ਦੱਸਾਂ ਵੀ ਕਿਹਨੂੰ ਲੱਭਣਾ? ਆਹ ਲੈ ਤੇਰੀ ਭਾਬੀ ਆ ਗਈ, ਇਹਨੂੰ ਦੱਸ ਦੇ। ਹਾਂ ਸੁੱਖ, ਇਹ ਤਾਂ ਮਨਪ੍ਰੀਤ ਦਾ ਸੂਟ ਹੀ, ਤੂੰ ਕਾਹਤੋਂ ਪਾਇਆ? ਤੇ ਮੈਨੂੰ ਆ ਗਿਆ ਭਾਬੀ ਜੀ, ਮੈਂ ਪਾ ਲਿਆ ਸੂਟ। ਤੇ ਉਹਨਾਂ ਦੇ ਆਪਣੇ ਪੇਕੇ ਜਾਣ ਨੂੰ ਸਵਾਇਆ ਸੀ ਨਵਾਂ ਵੀ ਮੈਂ ਪਾ ਕੇ ਜਾਣਾ। ਉਹਨਾਂ ਦਾ ਪੇਕਾ ਕੈਂਸਲ ਵਾ ਹੁਣ? ਉਹ ਕਿੱਦਾਂ? ਕਦੀ ਵੀ ਨਹੀਂ ਕੈਂਸਲ ਹੁੰਦਾ, ਮੈਂ ਤਾਂ ਮੰਮੀ ਨੂੰ ਪੁੱਛਣ ਚੱਲੀ ਆ। ਲੈ ਭਾਬੀ ਹੱਤਿਆ ਲੱਗ ਜਾਣੀ ਤੇਰੇ ਪੱਲੇ। ਵੇਖ ਲੈ ਮੈਨੂੰ ਤਾਂ ਕਿਆ ਦੇਣ ਦੀ ਜੇ ਕੱਤ, ਕਹਿੰਦੀ ਜੇ ਪੇਕੇ ਗਈ ਤੇ ਮੈਂ ਤੇ ਖਤ ਲਿਖ ਕੇ ਤੇ ਫਿਰ ਹੱਤਿਆ ਕਰਨੀ। ਨਹੀਂ ਸੁੱਖ, ਹੁਣ ਤੂੰ ਵੀ ਸਿਆਣੀ ਆ। ਕਿਹਿਆ ਵੇਖ ਲੈ ਪੱਖਾ ਮੈਨੂੰ ਨਾ ਲਮਕ ਜਾਣਾ ਹੀ ਆ, ਪਾ ਕੇ ਚੁੰਨੀ ਵੇਖ ਲੈ ਤੇਰੇ ਗੱਲ ਹੀ ਪੈਣੀ। ਇਹਨੂੰ ਤੇ ਕੋ ਹੋਣਾ ਨਹੀਂ, ਇਹਨੇ ਪੱਖਾ ਜ਼ਰੂਰ ਤੋੜਨਾ ਹੀ ਸਾਡਾ। ਪਰ ਮੈਨੂੰ ਨਹੀਂ ਪਤਾ, ਮੈਂ ਤਾਂ ਦੱਸਦੀ ਆ ਤੂੰ ਨਹੀਂ ਭਾਬੀ ਕਿਤੇ ਵੀ ਜਾਣੀ ਚਾਹੀਦੀ, ਜੇ ਚਲ ਗਈ ਤਾਂ ਆਪਣਾ ਆਪ ਸੋਚ ਲਈ। ਚੱਲ ਨਹੀਂ ਜਾਂਦੀ ਕੰਮ, ਕੋਈ ਨਹੀਂ ਨਹੀਂ ਜਾਂਦੀ। ਨਹੀਂ ਤੂੰ ਕਿਹੜੀ ਭਾਬੀ ਮੇਰੀ ਗੱਲਾਂ ਸੁਣਦੀ ਆ? ਸੁਣਿਆ ਕਰਨੀ ਆ ਨਾ। ਹਾਂ ਇਹਦੇ ਅੱਗੇ ਹੰਗਾਰੇ ਦੋ ਕਹਿੰਦੀ, ਤੁਹਾਡੀ ਕੰਪਲੇਂਟ ਆਈ ਆ ਵੀ ਇਹ ਤੁਸੀਂ ਹੰਗਾਰੇ ਨੀ ਦਿੰਦੇ ਅੱਗੇ। ਹਾਂ ਮੈਡਮ ਜੀ, ਮੈਂ ਸਿਰ ਸਿਰ ਖਪਾਉਂਦੀ ਰਹਿੰਦੀ ਨਾ ਤਾਂ ਕਰਕੇ ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਅੱਜ ਤੋਂ ਮੈਂ ਸੁਮਨ ਵਾ ਤੇ ਮਨਪ੍ਰੀਤ ਵਾ, ਠੀਕ ਆ? ਹੁਣ ਸਭ ਡਿਊਟੀ ਕੁਛ ਨੀ ਹੁੰਦਾ, ਹੁਣ ਮੈਂ ਕੀ ਕਰਾਂ? ਭਾਬੀ ਜੀ ਬਹਿ ਜਾਓ ਤੁਸੀਂ, ਮੇਰੀ ਗੱਲ ਸੁਣੋ। ਹਾਂ ਦੱਸ। ਮੈਨੂੰ ਦੱਸੋ ਸੂਟ ਸੋਹਣਾ ਲੱਗਣ ਡਿਆ? ਹਾਂ ਬਹੁਤ ਸੋਹਣਾ ਲੱਗਾ। ਹੁਣ ਭਾਬੀ ਨੇ ਪੇਕੇ ਨਹੀਂ ਜਾਣਾ ਕਿਉਂਕਿ ਉਹਨੇ ਸੂਟ ਸਵਾਇਆ ਸੀ ਜਾਣ ਵਾਸਤੇ, ਸੂਟ ਤੇ ਮੈਂ ਪਾ ਲਿਆ ਵਾ। ਮੈਂ ਦਿਮਾਗ ਲਾਇਆ, ਮੈਂ ਕਿਹਾ ਜੇ ਇਹਦੇ ਪੇਕੇ ਚੱਲ ਗਈ ਤੇ ਮੈਨੂੰ ਤਾਂ ਕਹਿੰਦੇ ਚੱਲਣਾ ਹੀ ਨਹੀਂ ਆ, ਮੇਰੇ ਤਾਂ ਗੱਲੇ ਨਹੀਂ ਸੁਣਦਾ। ਤੂੰ ਤੇ ਸ਼ਦੈਣ ਵਾ, ਉਹਨੇ ਫੇਰ ਵੀ ਚੱਲ ਜਾਣਾ ਵਾ। ਉਹਨੇ ਕਿਹਦਾ ਚੱਲ ਜਾਊਗੀ ਜਦੋਂ ਸੂਟ ਹੀ ਮੈਂ ਪਾ ਲਿਆ? ਤੇ ਸੂਟ ਉਹ ਤਾਂ ਕਿਹੜਾ ਇੱਕ ਆ, ਹੋਰ ਵੀ ਹੈਗੇ ਆ। ਪੁਰਾਣੇ ਸੂਟ ਨਹੀਂ ਪਾ ਕੇ ਜਾਂਦੀਆਂ ਹੁੰਦੀਆਂ, ਮੈਨੂੰ ਪਤਾ ਵਾ। ਹੁਣ ਤੁਸੀਂ ਵੀ ਜਦੋਂ ਆਪਣੇ ਪੇਕੇ ਜਾਂਦੇ, ਮੰਮੀ ਵੀ ਜਾਂਦੀ ਆ ਉੱਥੇ, ਤੇ ਜਾਂਦੀਆਂ ਨਹੀਂ ਹੁੰਦੇ ਨਵੇਂ ਸੂਟ ਪਾ ਕੇ? ਤੁਸੀਂ ਤਾਂ ਕਹਿੰਦੇ ਨੇ ਇੱਕ ਵਾਰੀ ਪਾਇਆ, ਨਹੀਂ ਇਹ ਮੈਂ ਵਿਖਾਇਆ ਵਾ। ਭਾਬੀ ਨੇ ਵੀ ਕਿਹੜਾ ਜਾਣਾ, ਮੈਨੂੰ ਸਾਰਾ ਪਤਾ ਵਾ। ਸਮਰੀਤ ਨੂੰ ਸ਼ਨੀ ਐਤਵਾਰ ਦੀ ਛੁੱਟੀ ਆ, ਚੱਲ ਹੋਣਗੇ। ਤੇਰਨਾ ਨੀ ਕੋਈ ਵਾਰੇ ਆ ਸਕਦਾ? ਸੱਚੀ ਗੱਲ ਹੈ।
ये सिर खा लेंदी है, ये लागे तो बहना ही नहीं चाहिए। तो मनप्रीत भी मैंने फसा के चल गई ये लागे। मनप्रीत का फोन ही हो तो मैं गल कर दी, तो मैं आख्या बलजीत नूं मैं फोन ला के दे, मेरा बड़ा जी कर दिया गल कर नूं, तो उन्हें लाया तो अपना हूं चल गई आप गल कर गई। अच्छा अच्छा, तो मैं चल आ जा शरैतवार वा मिल गिल जा दो दिन। कुड़ी नूं लैंदी नाल ही, कुड़ी नूं मैं आख्या लिया के आ, मैं बड़ा जी कर दिया मिल नूं। आहो ते आंदी मैं आ जन्नी आ, तू लैंदा समान जेड़ा बलजीत ने आखिया। हां जी लैंदा, रखता रसोई च। चल चंगा आ, ते आले फोन रख ला। कोई नहीं रख लो इत्थे ही। होर मैनू ना दुकान ते टकरे जेले दा मुंडा। अच्छा, ओ आंदा व्याह मेरा। हुण व्याह केड़े वाले? ओदी उमर ही कख नहीं है, मेरे सामने बड़ा ही हो, 19 सालां दा होना। आहा जी, ते कल इत्थे खेड़दा फिरदा हुंदा सी ते अज व्याह वी धरता नहीं। हां ते मैं केड़े पिंड मंगया वा? आंदा ए नहीं गा दसणा, मैं अपनी मर्जी नाल व्याह कराया। मर्जी ना? हां ना, मर्जी ने करवाना अपनी ना। ते प्यो नु नहीं पता? पता वा, प्यो ते इत्थे बत्ती बत्ती मैनू गल्लां करके गया सी, आंदा तेरी भाभी कुड़ी ने आ कुछ कीता मेरी कुड़ी ने, तूं वढ के नहरे सुट देना है। हैं ते हुण इहदा मुंडा वा, ते हुण इह की कांड चंद चढ़ाउण लगे आ? ओह मम्मी, सियाणे आंदे जदों कोई किसे गाड़ी नहीं लिखदा तां अपनी औलाद गाड़ी लिख जांदा वा। आ दसदा आंदा मैनूं, आंदा तैनूं गोली मार देणी आ, चाहुंदा मैं खलो गया आकड़ के गाड़ी मार दे गोली, मैं विआह उत्थे ही करवाउणा। ਉਹ ਤਾਂ ਧੀਆਂ ਪੁੱਤ ਜਿੱਤ ਜਾਂਦੇ ਆ, ਮਾਂ ਪਿਓ ਹਾਰ ਜਾਂਦਾ ਵਾ, ਪਰ ਉਹਦੀ ਆਕੜ ਬੜੀ ਸੀ। ਉਹ ਤੇ ਆਂਦਾ ਤੇਰੀ ਕੁੜੀ ਆ ਤੇ ਆਹ ਕੰਮ ਕੀਤਾ ਵਾ, ਤੇ ਮੈਂ ਤੇ ਰੋ ਰੋ ਖੱਪ ਗਈ, ਇੰਨੇ ਮਿਹਣੇ ਮਾਰ ਕੇ ਗਿਆ, ਤੇ ਆਂਦਾ ਮੇਰੇ ਮੁੰਡੇ ਆ ਤੇ ਵੱਢ ਕੇ ਮੈਂ ਸੁੱਟ ਦੂ ਨਹਿਰ ਦੇ ਵਿੱਚ, ਜੇ ਮੇਰੇ ਪੁੱਤ ਨੇ ਵੀ ਆਹ ਕੰਮ ਕੀਤਾ ਤੇ। ਪੁੱਤ ਵੱਢਣੇ ਕਿਤੇ ਸੌਖੇ ਆ? ਉਹਨੇ ਕਹਿਣਾ ਮੰਮੀ ਸੌਖਾ ਵਾ, ਅਗਲਾ ਕਹਿੰਦਾ ਮੈਂ ਖਲੋ ਗਿਆ ਗਾੜੀ, ਕਹਿੰਦਾ ਮਾਰ ਗੋਲੀ ਮੈਨੂੰ ਮਾਰਨੀ ਹੈ। ਬਸ ਠੀਕ ਵਾ ਫਿਰ, ਨਾਲੇ ਉਹਦੀ ਆਕੜ ਭੱਜੀ। ਉਹ ਨਿਆਣੇ ਮੰਮੀ, ਅੱਜ ਕੱਲ੍ਹ ਮੈਂ ਹਿਸਾਬ ਲਾਇਆ ਵਾ ਕਿ ਮਾਂ ਪਿਓ ਦੀ ਕੋਈ ਗੱਲ ਨਾ ਸੁਣਦਾ ਵਾ, ਨਾ ਕੋਈ ਸਮਝਣ ਦੀ ਕੋਸ਼ਿਸ਼ ਕਰਦਾ ਕਿ ਮਾਂ ਪਿਓ ਕੀ ਕਹਿੰਦਾ ਵਾ। ਉਹ ਇਹਦਾ ਪੁੱਤ, ਤੈਨੂੰ ਮੈਂ ਅੱਗੇ ਗੱਲ ਇਹੋ ਲੱਗੀ ਕਰਨ, ਅੱਜ ਕੱਲ ਧੀਆਂ ਪੁੱਤ ਜਿੱਤ ਜਾਂਦੇ ਤੇ ਮਾਂ ਪਿਓ ਹਾਰਦਾ ਵਾ। ਪਹਿਲੀਆਂ ਚ ਸਮੇਂ ਚੰਗੇ ਸੀ, ਉਦੋਂ ਨਾ ਮਾਂ ਪਿਓ ਜਿਹੜਾ ਸੀ ਨਾ, ਜਿੱਦਾਂ ਧੀ ਪੁੱਤ ਨੂੰ ਆਂਦੇ ਉਹ ਮਾਂ ਪਿਓ ਕੋ ਡਰਦੇ ਹੁੰਦੇ ਸੀ ਨਿਆਣੇ, ਹੁਣ ਨਹੀਂ ਡਰਦੇ ਪੁੱਤ, ਹੁਣ ਮਾਂ ਪਿਓ ਨੂੰ ਮੰਨਣੀ ਪੈਂਦੀ ਧੀਆਂ ਪੁੱਤਾਂ ਦੀ। ਹੁਣ ਹੈ ਵਾ ਲੋਕਾਂ ਦੀ ਸਰਫੇ ਦੀ ਆ, ਸਰਫੇ ਦੀ ਇੱਕ ਕਿ ਦੋ ਦਾ ਬੱਚੀ ਆ, ਕੀ ਕਰਨਾ ਪੁੱਤ, ਕੋਈ ਗੱਲ ਨੀ, ਜੇ ਚੰਗਾ ਹੋਊਗਾ ਤਾਂ ਘਰ ਵੀ ਲਊਗਾ, ਤਾਂ ਕੀ ਹੋਣ ਡਿਆ ਵਾ। ਆਹੋ ਚਲੋ ਹੁਣ। ਹਾਂ ਵੇਖਾ ਕਿੱਡੀ ਨੀਂਦ ਆਈ ਹੈ। ਕਿੱਥੋਂ ਆਈ ਹੈ? ਆਉਣਾ ਕੀ ਹੈ ਭੈਣ, ਤੁਹਾਡੀ ਨੇ ਸਿਰ ਖਾ ਲਿਆ। ਲੈ ਵੀ ਇੰਨਾ ਬੋਲਦੀ, ਇੰਨਾ ਬੋਲਦੀ ਹੈ। ਉਹ ਤੋਂ ਡਰਦਾ ਤੇ ਮੈਂ ਇੱਥੇ ਬੈਠਾ। ਬਾ ਠੀਕ ਹੈ, ਤੁਸੀਂ ਤਾਂ ਆਪਣੀ ਜਾਨ ਛਡਾ ਲਈ, ਉੱਥੇ ਮੈਨੂੰ ਫੜ ਲਿਆ ਨੇ। ਤੈਨੂੰ ਫੜ ਲਿਆ? ਆਹੋ, ਕਿ ਮੈਂ ਆਉਂਦੀ ਸੀ ਬਾਹਰੋਂ ਤੇ ਮੈਨੂੰ ਆਵਾਜ਼ ਮਾਰ ਕੇ ਲਾਗੇ ਬਿਠਾ ਲਿਆ। ਮਨਪ੍ਰੀਤ ਕਹਿੰਦੀ ਆਹੋ ਇਹਦੀਆਂ ਹੁਣ ਚਾਰ ਗੱਲਾਂ ਸੁਣ ਲਾ ਤੂੰ। ਸੁਣੀਆਂ ਫਿਰ? ਸੁਣਨੀਆਂ ਪੈਣੀਆਂ, ਕੀ ਕਰਨਾ ਫਿਰ। ਉਹ ਚੱਲ ਉਹਦੀ ਤੇ ਆਦਤ ਵਾ, ਤੂੰ ਪਿੰਡ ਫੋਨ ਕੀਤਾ ਕਿ ਨਹੀਂ? ਪਿੰਡ ਤੇ ਫੋਨ ਕੀਤਾ ਸੀ, ਤੇ ਭਾਬੀ ਕਹਿਣ ਡੀ ਇਹਦੇ ਵੀਰ ਨਾਲ ਗੱਲ ਨਹੀਂ ਹੁੰਦੀ। ਕਿਉਂ? ਬੰਦ ਆਉਣ ਡਿਆ ਉਹਦਾ ਫੋਨ। ਕਦੇ ਇਹਨਾਂ ਦਾ ਬੰਦ ਆਉਂਦਾ, ਕਦੇ ਉਹਦਾ ਬੰਦ ਆਉਂਦਾ, ਕਰਦੇ ਕੀ ਆ? ਕੀ ਪਤਾ ਕੀ ਕਰਦੇ ਆ। ਸਾਰੇ ਟੱਬਰ ਨੂੰ ਬੰਦ ਬੰਦ ਵਾਲੀ ਬਿਮਾਰੀ ਲੱਗੀ। ਉਹ ਤਾਂ ਗੱਲ ਠੀਕ ਆ, ਹੁਣ ਟੈਨਸ਼ਨ ਜੀ ਹਣਾ ਲੱਗੀ ਆ ਵੀ ਹੁਣ ਕੀ ਨਿਬੜਨਾ। ਤੇ ਉਧਰੋਂ ਵੀ ਨਹੀਂ ਕਹਿੰਦੀ ਆਇਆ? ਨਾ, ਉਹਨਾਂ ਦਾ ਕੋਈ, ਉਹਦੇ ਸਹੁਰਿਆਂ ਦਾ? ਸਹੁਰਿਆਂ ਦਾ ਕਿੱਥੋਂ ਆਇਆ, ਕੋਈ ਫੋਨ ਨਹੀਂ ਕਹਿੰਦੀ ਆਇਆ, ਨਾ ਕੋਈ ਮਗਰ ਹੀ ਆਇਆ, ਅੱਗੇ ਸਗੋਂ ਹੋ ਗਿਆ ਸੀ ਉਹ ਕਰੋਨਾ ਦਾ, ਹੁਣ ਉਹ ਵੀ ਨਹੀਂ ਕਹਿੰਦੀ ਉਦਾਂ ਦਾ ਬੜਿਆ। ਉਦਾਂ ਤੇਰੇ ਹਿਸਾਬ ਨਾਲ ਕੀ ਹੱਲ ਹੋਣਾ ਚਾਹੀਦਾ? ਮੰਨ ਲਾ ਜੇ ਤੂੰ ਉਹਦੀ ਜਗ੍ਹਾ ਤੇ ਹੁੰਦੀ ਕੀ ਕਰਦੀ? ਮੈਂ ਹੁਣ ਕੀ ਦੱਸਾਂ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੈਗੀ। ਨਹੀਂ ਉਹਨੂੰ ਘੱਲਣਾ ਚਾਹੀਦਾ ਉੱਥੇ ਕਿ ਜਾਂ ਨਹੀਂ? ਮੇਰੇ ਹਿਸਾਬ ਨਾਲ ਨਹੀਂ ਘੱਲਣਾ ਚਾਹੀਦਾ, ਕਿਉਂਕਿ ਇੱਕ ਵਾਰੀ ਨਹੀਂ ਹੈ, ਦੋ ਤਿੰਨ ਵਾਰੀ ਚਾਂਸ ਹੋ ਗਿਆ ਉਹਦੇ ਨਾਲ। ਇਹੋ ਸੋਚ ਮੇਰੀ ਹੈ। ਆਹੋ, ਮੁੜ ਕੇ ਜੇ ਉਹਦੀ ਲਾਸ਼ ਚੁੱਕ ਕੇ ਲਿਆਉਣਗੇ ਉੱਥੋਂ ਤੇ ਕੀ ਫਾਇਦਾ? ਜੇ ਹੁਣ ਇਹਨੇ ਗਲਤ ਕਦਮ ਵੀ ਪੁੱਟਿਆ ਵਾ ਤੇ ਕੱਲ ਨੂੰ ਵੀ ਉਹ ਇਦਾਂ ਹੀ ਕਰ ਸਕਦੀ ਹੈ। ਬੰਦਾ ਦੁਖੀ ਹੋਇਆ ਫਿਰ ਇਹੋ ਕੋਈ ਕਰਦਾ ਜਦੋਂ ਪੱਲੇ ਕੱਖ ਨਾ ਰਵੇ, ਕੋਈ ਸੁਣੇ ਨਾ। ਤਾਂ ਤਾਂ ਹੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਉਹਦੇ ਨਾਲ ਧੱਕੇ ਸਹੀ ਨਾ ਕਰਿਓ, ਜਿੱਦਾਂ ਉਹਨੂੰ ਪੁੱਛ ਲਿਓ ਜਿੱਦਾਂ ਕਹਿੰਦੀ ਉਦਾਂ ਕਰਿਓ। ਇਹ ਤੇ ਗੱਲ ਹੈਗੀ ਹੈ, ਚੱਲ ਅਜੇ ਘਰ ਵਾਲਾ ਕਰੇ ਤੇ ਵੱਖਰੀ ਗੱਲ ਹੁੰਦੀ, ਹੁਣ ਸੱਸ ਵੀ ਨਾਲ ਰਲ ਗਈ ਇਹਦੇ। ਉਹ ਤੇ ਗੱਲ ਵਾ ਨਾ, ਇੱਕ ਹੀ ਸਹੀ ਹੋਵੇ ਹੌਸਲਾ ਦੇਣ ਵਾਲਾ ਹੋਵੇ ਤੇ ਚੱਲ ਬੰਦਾ ਕੱਟ ਲੈਂਦਾ। ਹੋਰ ਕੀ, ਬੜਾ ਫਰਕ ਪੈ ਜਾਂਦਾ ਫਿਰ ਵੀ। ਤੇ ਜਦੋਂ ਸਾਰਾ ਟੱਬਰ ਹੀ ਦੁਸ਼ਮਣ ਬਣ ਜੇ ਤੇ ਫਿਰ ਉੱਥੇ ਬੰਦਾ ਕੀ ਕਰੇ? ਮੇਰੇ ਹਿਸਾਬ ਨਾਲ ਤਾਂ ਨਹੀਂ ਘੱਲਣਾ ਚਾਹੀਦਾ ਉਹਨੂੰ, ਅੱਗੇ ਮੰਮੀ ਹੋਣੀ ਪਤਾ ਨਹੀਂ ਕੀ ਹੁਣ ਸੋਚਦੇ ਤੇ ਕੀ ਨਹੀਂ ਸੋਚਦੇ। ਸੋਚਣਾ ਕੀ ਹੈ, ਉਹਨਾਂ ਨੇ ਉਹਦੀ ਮਰਜ਼ੀ ਹੈ ਕੁੜੀ ਦੀ, ਜੋ ਕਹੂਗੀ ਉਹ ਕਰਨਾ ਪੈਣਾ। ਜਬਰਦਸਤੀ ਤੇ ਉਹਦਾ ਨਾ ਹੀ ਕਰਨ ਤੇ ਚੰਗਾ, ਵੀ ਐਵੇਂ ਕਹੀ ਜਾਣ ਵੀ ਤੂੰ ਉੱਥੇ ਜਾ ਉੱਥੇ ਜਾ, ਨਹੀਂ ਕਰਨੀ ਚਾਹੀਦੀ ਜਬਰਦਸਤੀ। ਉਹਦੀ ਸਲਾਹ ਲਓ ਕੀ ਆਂਦੀ ਆ, ਜਾਣਾ ਆ ਜਾਂ ਨਹੀਂ ਜਾਣਾ, ਤੇ ਫੇਰ ਕੋਈ ਫੈਸਲਾ ਲੈਣਾ ਮੰਮੀ ਹੋਣੀ। ਆਹੋ ਉਹ ਤੇ ਹੈ ਹੀ, ਹੁਣ ਉਹ ਵੀ ਕੀ ਕਰਨ ਵਿਚਾਰੀਆਂ, ਉਹ ਵੀ ਜਨਾਨੀਆਂ ਨੇ, ਬੰਦਾ ਕੋਈ ਹੋਵੇ ਘਰ ਤੇ ਗੱਲ ਵੀ ਕਰੇ।
बंद करके बैठा जे इथे कोई गल बात हो जे की ओनू पता लगूगा मुड़ के कहना मैनू दस्या नहीं की पता की गल है की नहीं समझ तो आती नहीं इन्हों की करते फिरते की नहीं चल वेखी जाऊगी फिर जो होगी सलाह देती बाकी होर तो वध की कहे बंदा चल ठीक है जा तू चाह पानी बना जाके चलो ठीक है आ जाओ तुम भी इतना बैठे रहना आ जाना मैं के।